ਲੁੱਟੇ ਹੋਏ ਸਮਾਨ ਸਮੇਤ ਇੱਕ ਲੁਟੇਰਾ ਗ੍ਰਿਫਤਾਰ। ਲੁਧਿਆਣਾ ਪੁਲਿਸ ਨੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲ ਲੁੱਟੇ ਹੋਏ 10 ਮੋਬਾਈਲ, 3 ਜੋੜੇ ਸੋਨੇ ਦੀਆਂ ਬਾਲੀਆਂ, 3 ਸੋਨੇ ਦੀਆਂ ਅੰਗੂਠੀਆਂ ਅਤੇ ਇੱਕ ਐਕਟਿਵਾ ਵੀ ਬਰਾਮਦ ਹੋਈ ਹੈ। ਗ੍ਰਿਫਤਾਰ ਲੁਟੇਰੇ ਦੀ ਪਹਿਚਾਣ ਰਾਮਤੀਰਥ ਵਜੋਂ ਹੋਈ ਹੈ ਜੋ ਕਿ ਖੰਨਾ ਦਾ ਰਹਿਣ ਵਾਲਾ ਹੈ। ਇਸ ਸੰਬੰਧੀ DCP ਕ੍ਰਾਈਮ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਲੁਟੇਰੇ ਨੂੰ ਰਿਮਾਂਡ 'ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਲੁਧਿਆਣਾ ਤੋਂ ਅਜੀਤ ਵੈੱਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। ਇਹਦੇ ਵਿੱਚ ਸਾਡੇ ADCP ਕ੍ਰਾਈਮ ਜਗਤਪ੍ਰੀਤ ਜੀ, ACP ਕ੍ਰਾਈਮ ਸ਼੍ਰੀ ਕੋਹਲੀ ਜੀ ਅਤੇ ਇੰਚਾਰਜ CAA ਵਨ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਸੀਗੀ ਅਤੇ ਜਦੋਂ ਇਨਫੋਰਮੇਸ਼ਨ ਦੇ ਆਧਾਰ 'ਤੇ ਇਹਨਾਂ ਨੇ ਜੈਨ ਦਾ ਠੇਕਾ ਚੌਂਕ ਹੈ ਇੱਕ ਡਾਬੇ ਏਰੀਏ ਵਿੱਚ, ਉੱਥੋਂ ਇੱਕ ਬੰਦਾ ਫੜਿਆ ਜਿਹਦਾ ਨਾਮ ਬਾਅਦ 'ਚੋਂ ਪਤਾ ਲੱਗਿਆ ਰਾਮਤੀਰਥ ਸੀਗਾ। ਇਹਦੇ 'ਤੇ ਜਦੋਂ ਡਿਟੇਲ 'ਚ ਇਹਦੀ ਕਸਟੋਡੀਅਲ ਇੰਟੈਰੋਗੇਸ਼ਨਸ ਹੋਈ ਅਤੇ ਇਹ ਇੱਕ ਸਾਡੇ ਡਿਵੀਜ਼ਨ ਨੰਬਰ 5 ਦਾ ਵੀ ਮੁਕੱਦਮਾ ਸੀਗਾ ਜਿਹੜਾ ਇਹ ਪੁਲਿਸ ਕਸਟੱਡੀ ਦੇ ਖੰਨੇ ਪੁਲਿਸ ਦੀ ਕਸਟੱਡੀ ਤੋਂ ਇੱਥੋਂ ਭੱਜ ਗਿਆ ਸੀਗਾ। ਉਹ ਵੀ ਮੁਕੱਦਮਾ ਅੰਡਰ ਸੈਕਸ਼ਨ 224 ਦੇ ਵਿੱਚ ਦਰਜ ਹੈਗਾ। ਬਾਅਦ 'ਚੋਂ ਜਿਹੜੀ ਇਹਦੀ ਡਿਟੇਲ 'ਚ ਪੁੱਛਗਿੱਛ ਕੀਤੀ ਅਤੇ ਇਹਦੇ 'ਚ ਟੋਟਲ ਇਹਦੇ 'ਤੇ ਹਜੇ ਤੀਕਰ 17 ਮੁਕੱਦਮੇ ਦਰਜ ਹੋਏ ਆ, ਜਿਹੜੇ ਕੁਛ 'ਚ ਸਜ਼ਾ ਹੋ ਚੁੱਕਿਆ ਉਹ ਦੇਖਾਂਗੇ ਵੀ ਉਹਦੇ 'ਚ PO ਹੈ ਕਿ ਕੀ ਹੈ, ਅਤੇ ਕੁਛ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਖੰਨੇ ਜ਼ਿਲ੍ਹੇ ਦੇ ਆ, ਕੋਈ ਸੰਗਰੂਰ ਜ਼ਿਲ੍ਹੇ ਦੇ ਆ, ਕੁਛ ਸਾਡੇ ਲੁਧਿਆਣਾ ਕਮਿਸ਼ਨਰ ਦੇ ਆ। ਅਤੇ ਇੱਕ ਬੜਾ ਡੈਸਪਰੇਟ ਜਿਹਾ ਬੰਦਾ ਸੀਗਾ, ਇਹ ਤਾਂ ਪਹਿਲੇ ਇਹਦੇ 382 ਦੇ ਮੁਕੱਦਮੇ ਵੀ ਹੈ, ਕਈ ਕੇਸਾਂ ਦੇ ਵਿੱਚ ਇਹਨੇ ਇੱਦਾਂ ਦਾ ਕੀਤਾ ਕ੍ਰਾਈਮ ਵੀ ਜਿਵੇਂ ਦੇਖ ਲੈਂਦਾ ਸੀਗਾ ਵਿਆਹ ਦੀ ਐਡਸ ਜਿਵੇਂ ਆਉਂਦੀਆਂ ਲੜਕੀ ਵਾਲਿਆਂ ਵੱਲੋਂ ਜਾਂ ਲੜਕੇ ਵਾਲਿਆਂ ਵੱਲੋਂ, ਉੱਥੋਂ ਇਹ ਨੰਬਰ ਕਰਕੇ ਫੋਨ ਕਰਦਾ ਸੀ। ਜਦੋਂ ਇਹਨੂੰ ਪਤਾ ਲੱਗਦਾ ਸੀ ਗੱਲਬਾਤ ਵੀ ਕੋਈ ਏਜਡ ਬੰਦਾ ਘਰ ਹੈ ਅਤੇ ਉਹ ਉੱਥੇ ਚਲੇ ਜਾਂਦਾ ਸੀਗਾ ਅਤੇ ਉਹਨਾਂ ਨੂੰ ਚਾਹ 'ਚ ਕੁਛ ਪਿਆ ਕੇ ਅਤੇ ਸਾਰਾ ਘਰ ਦਾ ਸਮਾਨ ਲੁੱਟ ਕੇ ਲੈ ਜਾਂਦਾ ਸੀ। ਹਜੇ ਤੀਕਰ ਇਹਦੇ ਕੋਲੋਂ 10 ਮੋਬਾਈਲਸ ਹੈ, ਜਿਹੜੀ ਇੱਕ ਖੋਹ ਦੀ ਐਕਟਿਵ ਹੈ ਉਹ ਰਿਕਵਰ ਹੋਈ ਹੈ ਅਤੇ ਕੁਛ ਗੋਲਡ ਦਾ ਸਮਾਨ ਰਿਕਵਰ ਹੋਇਆ। ਬਾਕੀ ਇਹਨੂੰ ਅੱਜ ਕੋਰਟ 'ਚ ਪੇਸ਼ ਕਰਕੇ ਜੋ ਵੀ ਅਗਰ ਫਰਦਰ ਹੋਊਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਇਹ ਜ਼ਿਆਦਾ ਐਡਜੋਇਨਿੰਗ ਸਾਡੇ ਖੰਨੇ ਡਿਸਟ੍ਰਿਕਟ ਦੀਆਂ, ਕੁਛ ਲੁਧਿਆਣੇ ਦੀਆਂ ਅਤੇ ਸੰਗਰੂਰ ਜ਼ਿਲ੍ਹੇ ਦੀਆਂ, ਕੁਛ ਹਜੇ ਹੋਰ ਦੱਸ ਰਿਹਾ ਵੀ ਜੇ ਰੋਪੜ ਜ਼ਿਲ੍ਹੇ 'ਚ ਵੀ ਨਹੀਂ ਕੀਤੀਆਂ, ਪਰ ਹਜੇ ਉਹ ਤੱਕ ਹਜੇ ਸਾਡੇ ਕਲੀਅਰ ਨਹੀਂ ਹੋ ਰਿਹਾ। ਉਹ ਇਹਨੂੰ ਰਿਮਾਂਡ ਲੈ ਕੇ ਡਿਟੇਲ 'ਚ ਪੁੱਛਗਿੱਛ ਕਰਕੇ ਫਿਰ ਦੱਸਾਂਗੇ।